ਸਾਡਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ SSC ডিপਾਰਟਮੈਂਟ ਦੇ ਨਵੀਂ ਰਿਕਰੂਟਮੈਂਟ ਆ ਚੁੱਕੀ ਹੈ ਜੀ ਜੂਨੀਅਰ ਇੰਜੀਨੀਅਰ ਦੀ ਤੇ 968 ਵੈਕੈਂਸੀਆਂ ਨੇ ਜੀ ਅਪਲਾਈ ਆਨਲਾਈਨ ਮੋੜ ਰਹੀ ਹੋਣਾ ਜੀ ਤੇ ਆਪਾਂ ਜੇ ਗੱਲ ਕਰਦੇ ਹਾਂ ਜਿਹੜੀ ਵੈਕੈਂਸੀ ਆਈ ਹੈ ਜੇ SSC ਦੀ ਮਿਲ ਕੇ ਹੈਗੀ ਵੈਕੈਂਸੀ ਮਨ ਲਕੀ ਆਲ ਇੰਡੀਆ ਦੇ ਕੈਂਡੀਡੇਟ ਐਲੀਜੀਬਲ ਹੁੰਦੇ ਆ ਜੀ ਜੇ ਆਪਾਂ ਗੱਲ ਕਰਦੇ ਹਾਂ ਜੀ ਐਫ ਆਰ ਕੈਟੇਗਰੀ ਔਮਨਸ ਹੋ ਗਿਆ ਐਸਸੀ ਐਸਟੀ ਦੇ ਅਕਸਰ ਸੰਬੰਧੀ ਕੋਈ ਫੀਸ ਨਹੀਂ ਹੈ ਬਾਕੀ ਸਭ ਕੈਟੇਗਰੀ ਵਾਲਿਆਂ ਦੀ 100 ਰੁਪਏ ਫੀਸ ਹੈ ਜੀ ਤੇ ਕੁੜੀਆਂ ਦੀ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਹੈ ਜੀ ਉਹਨਾਂ ਦੀ ਕੋਈ ਫੀਸ ਨਹੀਂ ਆ ਤੇ ਫਾਰਮ ਭਰਨੇ ਹੈਗੇ ਜੀ ਸਟਾਰਟ ਹੈ ਜੀ 28 ਮਾਰਚ ਤੋਂ ਤੇ ਲਾਸਟ ਡੇਟ ਹੈਗੀ ਆ ਜੀ 18 April ਤੇ ਆਪਣਾ ਜਿਹੜੀ ਪੇਮੈਂਟ ਕਰਨ ਦੀ ਡੇਟ ਹੈਗੀ ਆ ਜੀ ਲਾਸਟ ਡੇਟ ਉਹ 19 ਹੈਗੀ ਆ ਜੀ April ਤੇ ਜੇ ਮਤਲਬ ਕੋਈ ਕਰੈਕਸ਼ਨ ਵਗੈਰਾ ਕਰਨੀ ਹੈ ਜੀ ਤੁਸੀਂ 22 April ਨੂੰ ਲੈ ਕੇ 23 ਮਰਕੀ ਦੋ ਦਿਨ ਦਿੱਤੇ ਜਾਣਗੇ ਜੀ ਤੇ ਬਾਕੀ ਦਾ ਐਗਜ਼ਾਮ ਹੋਊਗਾ ਜੀ ਇਹ ਪਹਿਲਾ ਇਗਜ਼ਾਮ ਹੋਊਗਾ ਜੀ 4 ਜੂਨ ਤੋਂ ਲੈ ਕੇ 6 ਜੂਨ ਦੇ ਅੰਦਰ ਅੰਦਰ ਫਿਰ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਣਗੇ ਅਗਰ ਉਹਨਾਂ ਦਾ ਦੂਜਾ ਪੇਪਰ ਹੋਊਗਾ ਜੀ ਕੰਪਿਊਟਰ ਬੇਸ ਉਹ ਬਾਅਦ ਵਿੱਚ ਦੱਸਿਆ ਜਾਊਗਾ ਇਹ ਤੁਹਾਨੂੰ ਤਾਂ ਦੋਨੋਂ ਪੇਪਰ ਕੰਪਿਊਟਰ ਬੇਸ ਹੀ ਹੋਣੇ ਆ ਜੀ ਬਾਕੀ ਟੈਂਟੇਟਿਵ ਇਗਜ਼ਾਮ ਡੇਟਸ ਆ ਜੀ ਬਾਕੀ ਅੱਗੇ ਪਿੱਛੇ ਡੇਟ ਹੋ ਸਕਦੀ ਆ ਬਾਕੀ ਇਹਨਾਂ ਲਈ ਲਿਮਿਟ ਦਿੱਤੀ ਗਈ ਆ ਜੀ ਤੇ ਕਿ ਕਈਆਂ ਦੇ 32 ਸਾਲ ਕੀ ਆ ਲਾਸਟ ਡੇਟ ਕਈਆਂ 30 ਸਾਲ ਅਗੇ ਜੀ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸ ਦਿੰਦਾ ਜੀ ਐਸਸੀਐਸ ਨੂੰ 5 ਸਾਲ ਦੀ ਓਬੀਸੀ ਨੂੰ 3 ਸਾਲ ਦੀ ਐਕ ਜਿਨਾਂ ਦੇ 45 ਸਾਲ ਦੀ ਜ਼ਿੰਦਗੀ ਵਧਣਾ ਹੋਇਆ ਹੁਣ ਮਣਕੀ ਉਹਨਾਂ 3 ਸਾਲ ਦਾ ਹੁੰਦਾ ਹੈ ਜੋ ਮਣਕੀ ਗੈਸ ਅਡਾਪਟ ਅਡਾਪਟ ਕਰਦੇ ਆ ਜਿਹੜੇ ਹੈਗੇ ਆ ਫਿਜ਼ੀਕਲ ਹੈਂਡੀਕੈਪਲਡਸ ਨੇ 10 ਸਾਲ ਉਹਨਾਂ ਛੂਟ ਹੁੰਦੀ ਆ ਜੀ ਤੇ ਵਕਫ ਵਕ ਵੈਕੈਂਸੀਆਂ ਨੇ ਜੀ ਜਿਹਦਾ ਜੂਨੀਅਰ ਇੰਜੀਨੀਅਰ ਬਾਰਡ ਰੂਟਸ ਆਰਗੇਨਾਈਜੇਸ਼ਨੋਂ 738 ਵੈਕੈਂਸੀਆਂ ਨੇ ਜੀ ਵਕਫ ਵਕ ਮਣਕੀ ਵੈਕੈਂਸੀਆਂ ਨੇ ਕੋਈ ਡਿਗਰੀ ਮੰਗੀ ਕੋਈ ਡਿਪਲੋਮਾ ਮੰਗਿਆ ਸਿਵਲ ਇੰਜੀਨੀਅਰਿੰਗ ਦੇ ਅੰਦਰ ਮਕੈਨਿਕਲ ਦੇ ਅੰਦਰ ਹੋ ਗਿਆ ਇਲੈਕਟ੍ਰੀਕਲ ਦੇ ਅੰਦਰ ਹੋ ਗਿਆ ਤੇ ਇਹਨਾਂ ਨਾਲ ਸੰਬੰਧਿਤ ਹੈ ਜੀ ਬਾਕੀ ਆ ਹੁਣ ਆਪਾਂ ਨੋਟੀਫਿਕੇਸ਼ਨ ਜਾਣਦੇ ਆ ਜੀ ਤੇ ਇਹ ਜਿਹੜੀ ਸਾਈਟ ਸੀ ਮੈਂ ਮੁਰਗੀਸ ਪਹਿਲਾਂ ਸਾਈਟ ਸੀ ਇਹਦਾ ਨੈਟ ਆਫ ਕੀਤਾ ਸੀ ਕਿਉਂਕਿ ਮੈਸਿਵ ਵਗੈਰਾ ਆ ਰਹੇ ਸੀ ਇਸ ਕਰਕੇ ਉਹਨ ਕੀ ਵੀਡੀਓ ਬਣਾਈ ਨਹੀਂ ਜਾ ਰਹੀ ਸੀ ਹੁਣ ਆਪਾਂ ਨੋਟੀਫਿਕੇਸ਼ਨ ਜਾਣਦੇ ਆ ਜੀ ਤੇ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਗਰੁੱਪ ਤੇ ਪ੍ਰੋਵਾਈਡ ਕਰ ਦਾਂਗਾ ਟੈਲੀਗ੍ਰਾਮ ਦਾ ਲਿੰਕ ਇਸ ਵੀਡੀਓ ਇਸੇ ਵੀਡੀਓ ਦੇ ਬਾਊਟ ਚਾ ਜੀ ਤੇ ਵੈਸੇ ਤੁਸੀਂ ਐਸਲਸੀ ਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਜੀ ਤੇ ਜਿਹੜੇ ਜੂਨੀਅਰ ਇੰਜੀਨੀਅਰ ਹੈਗੇ ਆ ਜੀ ਮਕੈਨੀਕਲ ਦੇ ਅੰਦਰ ਹੈ ਸਿਵਲ ਦੇ ਅੰਦਰ ਤੇ ਇਲੈਕਟ੍ਰੀਕਲ ਦੇ ਅੰਦਰ ਹੈਗੇ ਆ ਜੀ ਤੇ ਵਧੀਆ ਪੋਸਟ ਹੁੰਦੀ ਆ ਜੀ ਤੇ ਗਰੁੱਪ ਬੀ ਦੀ ਵੈਕੈਂਸੀ ਆ ਜੀ ਤੇ ਆਪਾਂ ਜੇ ਤਨਖਾਹ ਦੀ ਗੱਲ ਕਰਦੇ ਆ ਜੀ 35400 ਤੋਂ ਲੈ ਕੇ 112400 ਤੱਕ ਦੇਊਗੀ ਤੁਹਾਡੇ ਤਨਖਾਹ ਜੀ ਤੇ ਜਿੱਦਾਂ ਹੁਣ ਆਪਾਂ ਬਾਰਡਰ ਰੋਡ ਆਰਗੇਨਾਈਜੇਸ਼ਨ ਹੈ ਗਿਆ ਜੀ ਇਹਦੇ ਵਿੱਚ ਜਿਹੜੇ ਪੋਸਟ ਹੈਗੀਆਂ ਨੇ ਡਿਗਰੀ ਮੰਗੀ ਹੋਈ ਹੈ ਸਿਵਲ ਇੰਜੀਨੀਅਰਿੰਗ ਦੇ ਅੰਦਰ ਠੀਕ ਆ 3 ਇਅਰ ਦੀ ਤੇ ਇਹਦੀ ਏਜ ਲਿਮਿਟ ਹੈ ਗਿਆ ਜੀ 30 ਸਾਲ ਠੀਕ ਆ ਜੀ ਤੇ 2 ਇਅਰ ਦਾ ਵਰਕ ਐਕਸਪੀਰੀਅੰਸ ਹੋਵੇ ਤੁਹਾਡੇ ਸਿਵਲ ਦੇ ਅੰਦਰ ਸਿਵਲ ਇੰਜੀਨੀਅਰਿੰਗ ਦੇ ਅੰਦਰ ਤੇ ਇਹਦੇ ਨਾਲ ਜਿਹੜੇ ਹੋਰ ਵੀ ਮੰਗੀ ਗਿਆ ਜਾਂ ਤੁਹਾਡੇ ਤੋਂ ਮਕੈਨੀਕਲ ਹੋਵੇ ਜਾਂ ਇਲੈਕਟ੍ਰੀਕ ਜੇ ਆਪਣੇ ਕੋਲ 3rd ਡਿਪਲੋਮਾ ਹੋਵੇ ਨਾਲੇ ਇਹਦੇ ਵੀ ਐਕਸਪੀਰੀਅੰਸ ਮੰਗੇ ਗਿਆ ਜੀ ਮਕੈਨਿਕਲ ਦਾ ਮਨ ਲਕ ਜਿਹੜੀ ਤੁਸੀਂ ਟ੍ਰੇਡ ਨਾਲ ਸੰਬੰਧਿਤ ਕੀਤੀ ਆ ਜੀ ਉਹਨਾਂ ਸੰਬੰਧਿਤ एलिਜੀਬਿਲਟੀ ਤਾਂ ਮੰਗੀ ਆ ਜੀ ਬਾਕੀ ਜਿਹੜੀਆਂ ਟ੍ਰੇਡ ਹੈਗੀਆਂ ਕਈ ਟ੍ਰੇਡਾਂ ਦੇ ਵਿੱਚ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਜੀ ਜਿੱਦਾਂ ਸੈਂਟਰ ਵਾਟਰ ਐਂਡ ਪਾਵਰ ਸਰਚ ਸਟੇਸ਼ਨ ਇਹਦੇ ਅੰਦਰ ਹੋ ਗਿਆ ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਹੋ ਗਿਆ ਜੀ ਸੈਂਟਰਲ ਵਾਟਰ ਕਮਿਸ਼ਨ ਹੋ ਗਿਆ ਠੀਕ ਆ ਜੀ ਬ੍ਰਹਮਪੁੱਤਰਾ ਬੋਰਡ ਬੋਰਡ ਮਿਨਿਸਟਰੀ ਆਫ ਜਲ ਸ਼ਕਤੀ ਕਈਆਂ ਦੇ ਅੰਦਰ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਜੀ ਤੇ ਬਾਕੀ ਇਹਦੇ ਲਈ ਜਿਹੜੇ ਮੰਗੇ ਗਏ ਜੀ ਜਿਨ੍ਹਾਂ ਨੇ ਡਿਪਲੋਮਾ ਕੀਤਾ ਜੀ ਮਕੈਨਿਕਲ ਦੇ ਅੰਦਰ ਸਿਵਲ ਦੇ ਅੰਦਰ ਜਾਂ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਦੇ ਅੰਦਰ ਜਾਂ ਜਿਹੜੇ ਡਿਗਰੀ ਕੀਤੀ ਆ ਉਹ ਐਲੀਜੀਬਲ ਆ ਜੀ ਬਾਕੀ ਕਿ ਜੇ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਮਿਲ ਕੀ ਲਿੰਕ ਮਿਲ ਜੇਗਾ ਜੀ ਕਿਉਂਕਿ ਕਈਆਂ ਦੇ ਵਿੱਚ ਜਿਹੜੀ ਲਿਮਟ ਹੈਗੀ ਆ ਜੀ 30 ਸਾਲ ਤੱਕ ਕੈਂਟ੍ਰੀ ਐਲੀਜੀਬਲ ਆ ਤੇ ਕਈ 32 ਆ ਇਹ 35 ਆ ਬਾਕੀ ਜਰਨਲ OBC ਵਾਸਤੇ ਹੁੰਦਾ EWS ਤੇ ਹੁੰਦਾ ਬਾਕੀ ਦੇ ਕੈਟਾਗਰੀ ਵਾਲਿਆਂ ਨੂੰ ਮਿਲ ਛੋਟ ਹੁੰਦੀ ਆ ਜੀ ਜਿਦਾ 5 ਸਾਲ ਦੀ ਕਿਸੇ ਨੂੰ ਕਿੰ ਤੇ ਸਿੱਧੇ ਮੈਂ ਡਾਇਰੈਕਟ ਤੁਹਾਨੂੰ ਦੱਸ ਹੀ ਚੁੱਕਿਆ ਕਿ ਜਿਨ੍ਹਾਂ ਨੇ ਡਿਪਲੋਮਾ ਜਾਂ ਡਿਗਰੀ ਕੀਤੀ ਹੋਈ ਆ ਮਕੈਨੀਕਲ ਦੇ ਅੰਦਰ ਇੰਜੀਨੀਅਰ ਆਪਣੇ ਸਿਵਲ ਦੇ ਅੰਦਰ ਜਾਂ ਇਲੈਕਟ੍ਰੀਕਲ ਦੇ ਅੰਦਰ ਉਹ एलिਜੀਬਲ ਆ ਜੀ। ਬਾਕੀ ਪੋਸਟਾਂ ਦੀ ਵੰਡ ਕੀਤੀ ਗਈ ਜਿਹੜੀ ਪੋਸਟ ਤੁਸੀਂ एलिਜੀਬਲ ਹੋਗੇ ਉਹਦੇ ਅਕੋਰਡਿੰਗ ਤਰੀਕੇ ਕਿਸ ਕੈਟਾਗਰੀ ਦੀ ਕਿੰਨੇ ਪੋਸਟਾਂ ਤੁਸੀਂ ਦੇਖ ਸਕਦੇ ਹੋ ਜੀ। ਤੇ ਬਾਕੀ ਤੁਹਾਡੇ ਨਾਲ ਸੰਬੰਧਿਤ ਹੈ ਕਿ ਆਨਲਾਈਨ ਤੇ ਕੈਂਡੀਡੇਟ एलिਜੀਬਲ ਹੈਗੇ ਆ ਜੀ। ਤੇ ਜਿਨ੍ਹਾਂ ਤੇ 30 ਸਾਲ ਏਜ ਹੈ ਜੀ ਅਪ ਟੂ ਵਾਲੀ ਉਹਨਾਂ ਦਾ ਬਰਥ ਹੈਗਾ ਜੀ 2894 ਲੈ ਕੇ 8 2006 ਦੇ ਵਿੱਚ ਵਿੱਚ ਹੋਵੇ ਜੀ ਤੇ ਬਾਕੀ ਥੱਲੇ ਇਹਨਾਂ ਏਜ ਵੀ ਦੱਸੀ ਗਈ ਹੈ ਜੀ ਇਹਨਾਂ 32 ਸਾਲ ਦੱਸੀ ਆ ਔਰ 2892 ਲੈ ਕੇ 8 2006 ਤੱਕ ਆ ਜੀ ਤੇ ਬਾਕੀ ਰਿਲੈਕਸੇਸ਼ਨ ਜਿਹੜੀ ਹੈਗੀ ਆ ਜੀ ਕੈਟਾਗਰੀ ਵਾਲਿਆਂ ਨੂੰ ਉਹਨਾਂ ਦੇ ਅਕੋਰਡਿੰਗ ਦੱਸਿਆ ਕਿੰਨੇ ਕਿੰਨੇ ਸਾਲ ਰਿਲੈਕਸੇਸ਼ਨ ਆ ਗਈ ਉਹਨਾਂ ਨੂੰ ਉਹ ਤੁਸੀਂ ਆਪਣੀ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਜੀ ਤੇ ਅਪਲਾਈ ਮੋਡ ਹੈਗਾ ਜੀ ਆਨਲਾਈਨ ਤੇ ਤੁਸੀਂ ਐਸਐਸ ਦੀ ਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਜਾਂ ਫ੍ਰੀ জব ਜਾਂ ਸਰਕਾਰੀ ਰਿਜ਼ਲਟ ਦੀ ਸਾਈਟ ਤੇ ਦੇਖ ਸਕਦੇ ਹੋ ਜੀ ਤੇ ਨਵੀਂ ਵੈਕੈਂਸੀ ਆ ਜੀ ਤੇ ਆਨਲਾਈਨ ਮੋਸ਼ਨ ਹੈ ਅਪਲਾਈ ਹੋਣਾ ਸਟਾਰਟ ਹੋ ਗਿਆ ਜੀ ਤੇ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਜੀ ਕਰ ਸਕਦਾ ਜੀ ਬਾਕੀ ਰਸਤਾ ਤੁਹਾਡਾ ਐਗਜ਼ਾਮ ਤੁਹਾਡੇ ਨੀਅਰ ਜਿਹੜਾ ਡਿਸਟ੍ਰਿਕਟ ਹੋ ਉੱਥੇ ਹੋਊਗਾ ਤੁਹਾਡਾ ਤੇ ਸੈਕੰਡ ਪੇਪਰ ਉਹ ਤੁਹਾਡੀ ਆਪਣੀ ਹੋ ਗਿਆ ਜਿਹੜੀ ਰਾਜਧਾਨੀ ਹੁੰਦੀ ਹੈ ਜਾਂ ਡਿਊਟੀ ਉੱਥੇ ਹੋਊਗਾ ਜੀ ਜਿਹੜਾ ਪਹਿਲਾ ਪੇਪਰ ਹੋਊਗਾ ਜਨਰਲ ਅਵੇਅਰਨਸ ਹੋਊਗਾ ਰੀਜ਼ਨਿੰਗ ਹੋਊਗਾ ਠੀਕ ਹੈ ਜੀ ਨਾਲ ਤਾਂ ਜਿਹੜਾ ਸਬਜੈਕਟ ਨਾਲ ਰਿਲੇਟਡ ਪੇਪਰ ਆਏਗਾ ਜੀ ਤੇ 2 ਘੰਟੇ ਦਿੱਤੇ ਜਾਣਗੇ ਤੇ ਜਿਹੜਾ ਸੈਕੰਡ ਪੇਪਰ ਆ ਜੀ ਉਹਦੇ ਵਿੱਚ ਵੀ ਤੁਹਾਡੇ ਸਬਜੈਕਟ ਨਾਲ ਰਿਲੇਟਡ ਪੁੱਛਿਆ ਜਾਏਗਾ ਜੀ ਔਰ ਕੀ ਸਬਜੈਕਟ ਰਿਲੇਟਡ ਹੀ ਤੁਹਾਡੀ ਜੌਬ ਹੈਗੀ ਵੱਖਰੀ ਉਸੇ ਰਿਲੇਟਡ ਹੀ ਪੁੱਛਿਆ ਜਾਏਗਾ ਤੇ ਬਾਕੀ ਦਾ ਸਿਲੇਬਸ ਦਿੱਤਾ ਹੈ ਕਿ ਤੁਹਾਡਾ ਪੇਪਰ ਕਿਹਦੇ ਕਿਹਦੇ ਵਿੱਚ ਆਉਣਾ ਜੀ ਕਿਉਂਕਿ ਉਹਦੇ ਅਕੋਰਡਿੰਗ ਤੁਹਾਨੂੰ ਪੜ੍ਹਨਾ ਪੈਣਾ ਜੀ ਭਾਵੇਂ ਤੁਹਾਡਾ ਸਬਜੈਕਟ ਨਾਲ ਰਿਲੇਟਡ ਆ ਸਾਰਾ ਕੁਝ ਹੀ ਬਾਕੀ ਤੁਸੀਂ ਆਪਣਾ ਸਿਲੇਬਸ ਦੇ ਸਕਦੇ ਹੋ ਸਿਲੇਬਸ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਬਾਕੀ ਹੈਗੀ ਆਲ ਜਿਹੜੇ ਆਪਣੇ ਹੈਗੇ ਕਿੰਨੇ ਮਾਰਕਸ ਤੋਂ ਕਟੋ-ਕਟ ਚਾਹੀਦੇ ਆ ਜੀ ਜਰਨਲ ਜਰਨਲ ਵਾਲਿਆਂ ਨੂੰ 30% ਚਾਹੀਦੇ ਚਾਹੀਦੀ ਆ OBC EWS ਨੂੰ 25% ਤੇ ਆਲ ਕੈਟਾਗਰੀ ਵਾਲਿਆਂ ਨੂੰ 20% ਜਿੱਦਾਂ ਮੈਨੂੰ 100 ਦਾ ਪੇਪਰ ਆ ਜੀ 20 ਨੰਬਰ ਜਿੱਦਾਂ 20% ਕਿਸ ਨੂੰ ਦੱਸਿਆ ਤਾਂ 20 ਨੰਬਰ ਚਾਹੀਦਾ 100 ਵਿੱਚੋਂ ਤੇ ਕੋਈ ਫਿਜ਼ੀਕਲ ਨਹੀਂ ਗੱਸੜ ਤੁਹਾਡਾ ਐਗਜ਼ਾਮ ਬੀਜ ਤੇ ਸਾਰਾ ਸਿਲੈਕਸ਼ਨ ਆ ਜੀ ਬਾਕੀ ਤੁਹਾਡੇ ਜਿਹੜੇ ਤੁਸੀਂ ਕਿਸ ਕੈਟਾਗਰੀ ਨੇ ਅਪਲਾਈ ਕਰ ਰਹੇ ਹੋ ਉਹਦਾ ਸਰਟੀਫਿਕੇਟ ਕਿੱਦਾਂ ਦਾ ਬਣਾਉਣਾ ਚਾਹੀਦਾ ਉਹ ਜੀ ਉਹਦੇ ਫਾਰਮੂਲੇ ਦੱਸੇ ਹੋਏ ਆ ਉਹਦੇ ਅਕੋਰਡਿੰਗ ਤੁਹਾਡਾ ਬਣਾਉਣਾ ਚਾਹੀ ਬਾਕੀ ਅਪਲਾਈ ਜਦੋਂ ਕਰੋਗੇ ਉਹਨੇ ਕਿਹੜੇ ਕਿਹੜੇ ਸਟੈਪ ਤੁਹਾਨੂੰ ਦੇਖਣ ਨੂੰ ਮਿਲਣਗੇ ਉਹ ਦੱਸਿਆ ਹੋਇਆ ਜੀ ਤੇ ਇਹ ਸਟੈਪ ਦੇਖ ਕੇ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਜੀ ਮਨ ਲਿ ਜਿੱਥੇ ਵੀ ਨਹੀਂ ਪਤਾ ਲੱਗ ਰਿਹਾ ਨਾ ਉਹਦੇ ਵਿੱਚ ਇਹਨਾਂ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੁੰਦੀ ਆ ਪੀਡੀਐਸ ਦੇ ਅੰਦਰ ਕਿ ਕਿਹੜੇ ਕਿਹੜੇ ਸਟੈਪ ਤੁਹਾਨੂੰ ਦੇਖਣ ਨੂੰ ਮਿਲਣਗੇ ਕਿੰਨਾ ਫੋਟੋ ਦਾ ਸਾਈਜ਼ ਹੋਏਗਾ ਕਿਤਨਾ ਫੋਟੋ ਅਪਲੋਡ ਕਰਨੀ ਕਿਦਾਂ ਸਾਈਨ ਅਪਡੇਟ ਕਰਨੀ ਸਾਰਾ ਕੁਝ ਤੇ ਇਹ ਯਾਰ ਕੀ ਨਾ ਇਹਨਾਂ ਨੇ ਸਾਈਨ ਵਾਸਤੇ ਫੋਟੋ ਜਿਹੜੀ ਅਪਲੋਡ ਕਰਦੇ ਆ ਨਾ ਉਹ ਦੱਸਿਆ ਆਵਾ ਮੰਨ ਲਓ ਜੀ ਕਈ ਜਨ ਨੇ ਨਾ ਫਾਰਮ ਪਹਿਲਾਂ ਭਰੇ ਹੁੰਦੇ ਨਿ ਜੇ ਤੁਹਾਨੂੰ ਮਲਾਦੀ ਫੋਟੋ ਅਪਲੋਡ ਕਰਦੇ ਹੋ ਨੇ ਇੱਕ ਐਪ ਹੈਗਾ ਐਸਾ ਸੀ ਆ ਰਿਹਾ ਦਾ ਆ ਤੁਸੀਂ ਕਰੋਗੇ ਨਾ ਸਕੈਨ ਤੇ ਤੁਹਾਨੂੰ ਐਪ ਮਿਲ ਜੂਗਾ ਉਹ ਐਪ ਦੇ ਵਿੱਚ ਆਪਣੇ ਆਈਡੀ ਪਾਸਵਰਡ ਅਪਲਾਈ ਅਪਲੀਕੇਸ਼ਨ ਨੰਬਰ ਤੇ ਪਾਸਵਰਡ ਭਰੋਗੇ ਨਾ ਤੇ ਤੁਹਾਡੇ ਉਹ ਸਾਹਮਣੇ ਆ ਜਾਂਦਾ ਕੈਮਰੇ ਵਾਲਾ ਕੈਮਰੇ ਫੋਟੋ ਖਿੱਚ ਕੇ ਅਪਲੋਡ ਕਰਕੇ ਲੌਗ ਆਊਟ ਕਰਕੇ ਇੱਥੇ ਆਉਗੇ ਨਾ ਬੈਗ ਤੇ ਤੁਹਾਡੇ ਇੱਥੇ ਹੀ ਤੁਹਾਡਾ ਸ਼ੋਅ ਦਿਖਾ ਦੇਗਾ ਸਾਰਾ ਕੁਝ ਤੇ ਆਹ ਸਟੈਪ ਦੇਖ ਲੈਣੇ ਆ ਜੀ ਤੁਹਾਡਾ ਅਜਿਹਾ ਫਾਰਮ ਫਿਲ ਹੋਏਗਾ ਜੀ ਤੇ ਬਾਕੀ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਪੁੱਛ ਸਾ ਦਿਓ ਜੀ ਬਾਕੀ ਆਲ ਦੀ ਬੈਸਟ ਜਿਹੜਾ ਵੀ ਕੈਂਡੀ ਅਪਲਾਈ ਕਰਨਾ ਚ